ਬਟਾਲਾ ਹਰਗੋਬਿੰਦਪੁਰ ਵਿਚ 10 ਅਗਸਤ ਨੂੰ ਚਲਾਈਆਂ ਗਈਆਂ ਗੋਲੀਆਂ। 10 ਅਗਸਤ ਸਵੇਰ ਸਮੇਂ ਇੱਕ ਫਾਈਨੈਂਸਰ ਤੇ ਚਲਾਈਆਂ ਜਾਂਦੀਆਂ ਨੇ ਗੋਲੀਆਂ। ਮਾਮਲਾ ਬੀਤੇ ਦਿਨ ਪਹਿਲਾਂ ਇੱਕ ਸੀਸੀਟੀਵੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਇੱਕ ਆਦਮੀ ਬਾਲ ਬਾਲ ਬਚਿਆ। ਉਹ ਸੀ ਫਾਈਨੈਂਸਰ ਸਤੀਸ਼ ਕੁਮਾਰ, ਜਿਸਨੇ ਕਿ ਆਪਣੇ ਹੀ ਦੋਸਤ ਨੂੰ 30 ਲੱਖ ਫਾਈਨੈਂਸ ਤੇ ਦਿੱਤੇ ਸੀ, ਪਰ ਉਸਦਾ ਦੋਸਤ ਉਸਨੂੰ ਪੈਸੇ ਨਹੀਂ ਸੀ ਮੋੜਨਾ ਚਾਹੁੰਦਾ, ਜਿਸ ਕਰਕੇ ਉਸਨੇ 1 ਲੱਖ ਦੀ ਫਿਰੌਤੀ ਦਿੱਤੀ ਸਤੀਸ਼ ਕੁਮਾਰ ਨੂੰ ਮਾਰਨ ਦੀ। ਪਰ ਖੁਸ਼ਕਿਸਮਤੀ ਨਾਲ ਸਤੀਸ਼ ਕੁਮਾਰ ਬਚ ਗਿਆ ਤੇ ਪੁਲਿਸ ਵਿਚ ਰਿਪੋਰਟ ਦਰਜ ਕਰਵਾ ਦਿੱਤੀ ਗਈ। ਪੁਲਿਸ ਵੱਲੋਂ ਕੁਝ ਕੁ ਦਿਨਾਂ ਵਿਚ ਹੀ ਗੁੱਥੀ ਸੁਲਝਾ ਕੇ 3 ਮੁਜਰਮਾਂ ਨੂੰ ਕਾਬੂ ਕਰ ਲਿਆ ਗਿਆ, ਜਿਸ ਤੋਂ ਪਤਾ ਲੱਗਾ ਕਿ ਇੱਕ ਦੋਸਤ ਹੀ ਪੈਸੇ ਕਰਕੇ ਦੂਜੇ ਦੋਸਤ ਦਾ ਦੁਸ਼ਮਣ ਬਣ ਗਿਆ। ਦੋ ਬੰਦੇ ਆਏ ਸੀਗੇ ਮੋਟਰਸਾਈਕਲ ਦੇ ਉੱਤੇ, ਜਿਹੜੇ ਨਕਾਬ ਪੋਸ਼ ਸੀਗੇ, ਉਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ। ਤਾਂ ਇਸ ਸੀਰੀਅਸ ਇੰਸੀਡੈਂਟ ਦੀ ਕੋਗਨੀਜ਼ੈਂਸ ਲੈ ਕੇ ਸਭ ਤੋਂ ਪਹਿਲਾਂ ਸ਼੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਦਰਜ ਹੋਇਆ। ਸੋ ਇਹਦੇ ਵਿੱਚ ਟੈਕਨੀਕਲ ਇਨਵੈਸਟੀਗੇਸ਼ਨ ਐਂਡ ਹਿਊਮਨ ਇੰਟ ਦਾ ਇਸਤੇਮਾਲ ਕਰਕੇ ਇਵੈਂਚੁਅਲੀ ਦਾ ਕੇਸ ਵਾਸ ਟ੍ਰੇਸਡ, ਐਂਡ ਇਹਦੇ ਵਿੱਚ ਫਿਲਹਾਲ 3 ਦੋਸ਼ੀ ਅਰੈਸਟ ਹੋਏ ਹੈ। ਕਿ ਇਹਦੇ ਵਿੱਚ ਮੇਨ ਜਿਹੜਾ ਮਾਸਟਰ ਮਾਇੰਡ ਸੀਗਾ ਡਾਕਟਰ ਕਾਲੋਂ ਹੈਗਾ, ਇਹਦੀ ਇੱਕ ਫਾਰਮੇਸੀ ਉੱਥੇ ਸ਼੍ਰੀ ਹਰਗੋਬਿੰਦਪੁਰ 'ਚ ਹੈਗੀ। ਸੋ ਇਹਦਾ ਜਿਹੜਾ ਵਿਕਟਿਮ ਹੈ ਲੂੰਬਾ ਜੀ, ਉਹਦੇ ਨਾਲ ਇਹਦੀ ਲੈਣ ਦੇਣ ਸੀਗਾ, ਐਂਡ ਹੀ ਓਡ ਹਿਮ ਅਰਾਊਂਡ 30 ਲੱਖ ਰੁਪੀਜ਼। ਉਹ ਚੂੰਕਿ ਫਾਈਨਾਂਸ ਦਾ ਕੰਮ ਕਰਦੇ ਸੀਗੇ, ਵਕਤ ਬੇਵਕਤ ਉਹਨੇ ਕਾਫੀ ਇਹਨੂੰ ਪੈਸੇ ਦਿੱਤੇ, ਜਿਹੜਾ ਟੋਟਲ ਕੁਆਂਟਮ ਤਕਰੀਬਨ 30 ਲੱਖ ਰੁਪਇਆ ਬਣ ਗਿਆ। ਸੋ ਇਹ ਜਿਹੜਾ ਫਾਈਨਾਂਸਰ ਸੀਗਾ ਹੁਣ ਇਹਦੇ ਕੋਲੋਂ ਪੈਸੇ ਵਾਪਸ ਮੰਗਦਾ ਪਿਆ ਸੀਗਾ ਡਾਕਟਰ ਕਾਲੋਂ। ਉਹਨੇ ਆਪਣੇ ਇੱਕ ਦੋਸਤ ਸੁਰਿੰਦਰਜੀਤ ਸਿੰਘ ਦੇ ਨਾਲ ਸਾਜ਼ਿਸ਼ ਰਚੀ ਕਿ ਆਪਾਂ ਇਹਨੂੰ ਖਤਮ ਕਰਦੇ ਹੈ, ਸੋ ਦੈਟ ਜਿਹੜਾ ਪੈਸੇ ਦਾ ਰੋਲਾ ਹੈ ਉਹ ਮੁੱਕ ਜੂਗਾ। ਇੰਸੀਡੈਂਟਲੀ ਇਹਦੇ ਵਿੱਚ ਜਿਹੜਾ ਡਾਕਟਰ ਕਾਲੋ ਹੈ ਉਹ ਵਿਕਟਿਮ ਦਾ ਕਰੀਬੀ ਦੋਸਤ ਹੈਗਾ। ਸੋ ਸਾਜ਼ਿਸ਼ ਦੇ ਤਹਿਤ ਇਹ ਪਲਾਨ ਹੋਇਆ ਸੀਗਾ ਕਿ ਇਹਨੂੰ ਖਤਮ ਕਰਨ ਲਈ 1 ਲੱਖ ਰੁਪਏ ਦੀ ਜਿਹੜੀ ਅਮਾਊਂਟ ਹੈ ਉਹ ਉਹਨੂੰ ਦਿੱਤੀ ਜਾਊਗੀ। ਉਹਦੇ ਵਿੱਚ ਕਰੀਬਨ 30,000 ਰੁਪਏ ਆਲਰੇਡੀ ਇਨ ਐਡਵਾਂਸ ਡਿਪੋਜ਼ਿਟ ਹੋਏ, ਉਹਨੂੰ ਗੂਗਲ ਪੇ ਕਰਤੇ ਸੀਗੇ ਡਾਕਟਰ ਕਾਲੂ ਨੇ ਉਹਨੂੰ ਕਰਤੇ ਸੀਗੇ।